ਸਰਚ ਇੰਜਣ ਦੇ ਨਾਂ ਨਾਲ ਮਸ਼ਹੂਰ ਗੂਗਲ ਹੁਣ ਯੂਜ਼ਰ ਨੂੰ ਇੰਗਲਿਸ਼ ਸਿਖਾਉਂਦੇ ਹੋਏ ਦੇਖਿਆ ਜਾਵੇਗਾ। ਇਸ ਲਈ ਗੂਗਲ ਦੀ ਲੈਬ ਵਿੱਚ ਟੈਸਟ ਸ਼ੁਰੂ ਹੋ ਗਿਆ ਹੈ। ਇੰਗਲਿਸ਼ ਸਿਖਾਉਣ ਲਈ ਗੂਗਲ AI ਚੈਟਬੋਟ ਦਾ ਇਸਤੇਮਾਲ ਕਰੇਗਾ ਜੋ ਆਸਾਨੀ ਨਾਲ ਯੂਜ਼ਰ ਨੂੰ ਇੰਗਲਿਸ਼ ਦੀ ਸਮਝ ਦੇਵੇਗਾ। ਗੂਗਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਸਹੂਲਤ ਭਾਰਤ ਅਤੇ ਅਰਜਨਟੀਨਾ, ਕੋਲੰਬੀਆ, ਇੰਡੋਨੇਸ਼ੀਆ, ਮੈਕਸੀਕੋ ਅਤੇ ਵੇਜੂਏਲਾ ਸਣੇ ਹੋਰ ਦੇਸ਼ਾਂ ਵਿੱਚ ਉਹਨਾਂ ਯੂਜ਼ਰ ਨੂੰ ਦਿੱਤੀ ਜਾਵੇਗੀ ਜੋ ਇੰਗਲਿਸ਼ ਸਿੱਖਣਾ ਚਾਹੁੰਦੇ ਨੇ ਅਤੇ ਜੋ ਸਰਚ ਲੈਬਸ ਦਾ ਹਿੱਸਾ ਨੇ। ਗੂਗਲ ਮੁਤਾਬਕ ਯੂਜ਼ਰ ਨੂੰ ਇੰਗਲਿਸ਼ ਸਿਖਾਉਣ ਲਈ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਜਾਣਗੇ ਜੋ AI ਤੋਂ ਓਪਰੇਟ ਹੋਣਗੇ ਅਤੇ ਰੋਜ਼ਾਨਾ ਯੂਜ਼ਰ ਨਵੇਂ ਇੰਗਲਿਸ਼ ਦੇ ਸ਼ਬਦ ਅਤੇ ਉਹਨਾਂ ਦਾ ਇਸਤੇਮਾਲ ਸਮਝਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੂਗਲ ਨੇ ਅਕਤੂਬਰ 2023 ਵਿੱਚ ਸਪੀਕਿੰਗ ਪ੍ਰੈਕਟਿਸ ਐਕਸਪੀਰੀਅੰਸ ਪੇਸ਼ ਕੀਤਾ ਸੀ ਜਿੱਥੇ ਯੂਜ਼ਰ ਨੂੰ ਸੈਂਟੈਂਸ ਅਤੇ ਗਰਾਮਰ ਦੀ ਸਮਝ ਦਿੱਤੀ ਗਈ ਸੀ। ਜਿਸ ਤਰੀਕੇ ਨਾਲ ਗੂਗਲ ਨੇ ਸਪੀਕਿੰਗ ਐਕਸਪੀਰੀਅੰਸ ਵਿੱਚ 2-way ਕਮਿਊਨੀਕੇਸ਼ਨ ਦੀ ਸਹੂਲਤ ਰੱਖੀ ਸੀ, ਠੀਕ ਉਸੇ ਤਰੀਕੇ ਨਾਲ ਗੂਗਲ AI ਚੈਟਬੋਟ ਦੀ ਮਦਦ ਨਾਲ ਯੂਜ਼ਰ ਦੀ ਇੰਗਲਿਸ਼ ਵਿੱਚ ਸੁਧਾਰ ਕਰੇਗਾ। ਇਸ ਟੈਕਨੋਲੋਜੀ ਦੀ ਮਦਦ ਨਾਲ ਯੂਜ਼ਰ ਰੋਜ਼ਾਨਾ ਨਵੇਂ ਸ਼ਬਦ ਅਤੇ ਉਸਦੇ ਇਸਤੇਮਾਲ ਬਾਰੇ ਆਸਾਨੀ ਨਾਲ ਸਮਝ ਸਕਣਗੇ। ਗੂਗਲ ਮੁਤਾਬਕ ਇੰਗਲਿਸ਼ ਸਪੀਕਿੰਗ ਸਿੱਖਣ ਵਾਲੇ ਇੱਕ ਚੈਟਬੋਟ ਦਾ ਯੂਜ਼ ਐਂਡਰੋਇਡ ਫੋਨ 'ਤੇ ਕਰ ਸਕਦੇ ਹੋ ਜਿੱਥੇ ਉਹਨਾਂ ਨੂੰ ਜੈਰੀਟਿਵ AI ਦੀ ਮਦਦ ਨਾਲ ਨਵੇਂ ਸਵਾਲਾਂ ਦਾ ਜਵਾਬ ਮਿਲੇਗਾ। ਨਾਲ ਹੀ ਯੂਜ਼ਰ ਇਸ ਤਰੀਕੇ ਨਾਲ ਆਸਾਨੀ ਨਾਲ ਇੰਗਲਿਸ਼ ਸਿੱਖ ਸਕਣਗੇ। ਫਿਲਹਾਲ ਗੂਗਲ ਵੱਲੋਂ ਸਾਫ਼ ਨਹੀਂ ਕੀਤਾ ਗਿਆ ਕਿ ਇਸ ਸਹੂਲਤ ਨੂੰ ਕਦੋਂ ਤੱਕ ਸ਼ੁਰੂ ਕੀਤਾ ਜਾਵੇਗਾ। ਗੂਗਲ ਨੇ ਹਾਲ ਹੀ ਵਿੱਚ ਜੇਮਿਨੀ ਐਡਵਾਂਸਡ ਸਰਵਿਸ ਜਾਰੀ ਕੀਤੀ ਹੈ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਹੈ ਜੋ ਕਿ ਜੇਮਿਨੀ ਤੋਂ ਬਿਹਤਰ ਹੈ। ਇਹ ਕੋਈ ਮੁਫਤ ਸੇਵਾ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਪਵੇਗਾ।